तो दूसरा क्रॉस करा दे वो स्टील लैंड उधर होते कर लेंगे पैसे जितने ना ये दिखिला बदनाम ये पैसे जितने ना मैं पैसे दे मैं अपने कार चला लिया ये पैसा ऊपर है पूछो पहलवान साहब ने भी नहीं सदो सारे पूछो ने पे कितने रख लिए क्लेम करिए बाप और मुंडे कार चलाने ये मैं पैसे जितने मैं कार चलाने पैसे जितने पैसे जितने दे तो सारा अज कार टूटा है मारो जो क्या दस मैं देखो जमीन का मसला यह है कि सर एक महीने पहले सर जेई साहब और आए अं तो डी सी साहब उन्हें एप्लीकेशन दी कि सर इं गलत है भी साढ़े डाइवर्ट करने घर ना इधर दूसरी साइड अपने सरकारी रखवाइए भी
ਅਹੀਂ ਚਾਹੁੰਦੇ ਸੀ ਵੀ ਚਲੋ ਕੋਈ ਗੱਲ ਨਹੀਂ ਸਾਡੇ ਘਰ ਬਚੀ ਜਾਣਾ ਅਸੀਂ ਕੰਪਰੋਮਾਈਜ਼ ਕਰਨੀ ਵੀ ਕੋਸ਼ਿਸ਼ ਕੀਤੀ ਵੀ ਚਲੋ ਕਰ ਲਓ ਭਈ ਵੀ ਸਾਡੇ ਘਰ ਬਚੀ ਜਾਣ ਪਰ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਇਸ ਚੀਜ਼ ਦੇ ਵਿੱਚ ਔਰ ਸਾਡੇ ਅੱਜ ਘਰ ਤੁਹਾਡੇ ਕੋਲ ਸਾਡੇ ਪਰ ਧੱਬਾ ਵੀ ਲੱਗਿਆ ਵੀ 3 ਲੱਖ ਦਿੱਤਾ 4 ਲੱਖ ਰੁਪਏ ਦਿੱਤਾ ਔਰ 4 ਲੱਖ ਰੁਪਏ ਅੱਜ ਦੇ ਹੀ ਅਸੀਂ ਅੱਜ ਘਰ ਵੀ ਆਪਣੇ ਤੜਾ ਜੇ ਲੈ ਔਰ ਇਹ ਇਨਸਾਫ ਹੈ ਸਾਨੂੰ ਮੌਕੇ ਪਰ ਡੀ ਸੀ ਸਾਹਿਬ ਨੇ ਬੋਲੇ ਪਏ ਮੌਕੇ ਪਰ ਇਹ ਸਾਡੇ ਕੋਲ ਕੋਈ ਇਨਸਾਫ ਨਹੀਂ ਹੋਇਆ ਸਾਡੇ ਘਰ ਵੀ ਤੋੜ ਦਿੱਤੇ ਨੇ ਔਰ ਅੱਜ ਕੋਲੋਂ ਪਹਿਲਾਂ 1 ਮਹੀਨਾ ਪਹਿਲਾਂ ਇਹਨਾਂ ਜੇਈ ਸਾਹਿਬ ਨੂੰ ਡਿਕਲੇਅਰ ਕੀਤਾ ਡੇਟ ਜੇਈ ਸਾਹਿਬ ਵੀ ਬੁਲਾਓ ਤਾਂ ਆਪਣੇ ਐਕਸ਼ਨ ਸਾਹਿਬ ਵੀ ਪੁੱਛੋ ਵੀ ਤੁਹਾਡੀ ਆਪੂ ਚਾ ਕਨਵਰਸੇਸ਼ਨ ਹੋਈ ਕਿ ਨਹੀਂ ਕਿ ਵੀ ਤੁਸੀਂ ਰਸਤਾ ਕੁਦਰ ਕੱਢ ਰਹੇ ਕੁਦਰ ਨਹੀਂ ਹੈ ਤਰਾ ਵਾਰੀ ਸਰਬਾ ਦਾ ਉਧਰ ਤੇ ਕਿਆ ਇਹ ਰਸਤਾ ਜਿਹੜਾ ਇਰੀਗੇਸ਼ਨ ਦਾ ਛੜਿੰਗ ਨਿਕਲੇ ਕਰਦੀ ਹੈ ਹਾਂਜੀ ਸਰ ਦੋਨੋਂ ਸਾਈਡ ਸਰਕਾਰੀ ਐਸੀ ਕੋਈ ਗੱਲ ਨਹੀਂ ਅਸੀਂ ਮੰਨਾਂਗੇ ਵੀ ਅਸੀਂ ਦੋਨੋਂ ਸਾਈਡ ਸਰਕਾਰੀ ਹੈ ਪਰ ਅਸੀਂ ਉਸ ਟਾਈਮ ਆਰੇ ਘਰ ਪਾਏ ਨੇ ਸਰ ਤੇ ਜਿਸ ਟਾਈਮ ਆਰੇ ਇੱਥੇ ਕੋਈ ਉਹਨਾਂ ਦਾ ਰਸਤਾ ਹੋਇਆ ਕਿ ਜਿਹੜਾ ਹਾਂਜੀ ਸਰ ਸਰਵਾ ਹੋ ਰਿਹਾ ਅਸੀਂ ਸਾਨੂੰ ਕਾਲੀ ਕੈਂਪ ਹੋਣੀ ਜੇ ਸਰਵਾ ਸਾਨੂੰ ਪਤਾ ਹੁੰਦਾ ਵੀ ਇਧਰ ਹੀ ਨਿਕਲਣਾ ਜੇ ਜੀ ਸਾਹਿਬ ਨੇ ਐਕਸ਼ਨ ਸਾਹਿਬ ਨੇ ਡਿਕਲੇਅਰ ਕੀਤਾ ਵੀ ਆਪੀ ਲੋਕਾਂ ਨੇ ਘਰ ਨਹੀਂ ਤੋੜਨੀ ਹੈ ਔਰ ਅੱਜ ਘਰ ਨਹੀਂ ਤੋੜਨੇ ਚੱਕਰੇ ਵਿੱਚ ਅੱਜ ਸਾਡੀ ਘਰ ਟੁੱਟੀ ਨੇ ਔਰ ਮੇਰੇ ਪਰ ਐਲੀਗੇਸ਼ਨ ਲਗਾ ਕੇ ਵੀ 3 ਲੱਖ ਦਿੱਤਾ 4 ਲੱਖ ਰੁਪਏ ਦਿੱਤਾ ਜੇਈ ਸਾਹਿਬ ਨੇ ਵੀ ਬੋਲਿਆ ਸਾਹਿਬ ਹੋਣੇ ਮੈਂ ਪੁੱਛਿਆ ਮੈਂ ਤੁਹਾਨੂੰ ਕਿੰਨੇ ਪੈਸੇ ਦੇ ਰਹੀ ਕਿੰਨੇ ਨਹੀਂ ਹੈ ਔਰ ਅੱਜ ਇਹਨਾਂ ਨਤੀਜਾ ਦੇਖ ਲਓ ਵੀ ਅੱਜ ਮੈਂ ਆਪਣੇ ਘਰ ਤੜਾਈ ਬੈਠੀ ਹੈ ਇਹ ਪੈਸੇ ਦੇ ਦੇਣਾ ਕਹਿੰਦਾ ਮੈਂ ਆਪਣੇ ਘਰ ਤੜਾ ਲਿਆ ਗੌਰਮੈਂਟ ਮੋਦੀ ਸਰਕਾਰ ਬੋਲਦੀ ਫਿਰ ਲੋਕਾਂ ਘਰ ਦੇਣੇ ਘਰ ਦੇਣੇ ਔਰ ਅੱਜ ਸਰਕਾਰ ਹੋਣਾ ਸਾਨੂੰ ਕੰਨਾ ਕਰੀਏ ਸਾਡੇ ਘਰ ਬੇਗਰ ਕਰਨੇ ਦੀ ਕੋਸ਼ਿਸ਼ ਕਰੀਏ ਔਰ ਪੱਲੇਦਾਰੀ ਕਰੀਏ ਸਰ ਅਸੀਂ ਅੱਜ ਮਾੜੇ ਮੋਟੇ ਉਹ ਸਹੀ ਹੈ ਸਾਨੂੰ ਕੁਦਾ ਉਹ ਸਹੀ ਹੈ ਤੇ 2 ਮਿੰਟ ਕੁਦਾ ਕੰਮ ਮਾੜਾ ਮੋਟਾ ਕੰਮ ਮਕਾਨ ਪੈ ਤਾਂ ਅੱਜ ਸਾਡੇ ਮਕਾਨ ਵੀ ਮਕਾਨ ਟੁੱਟੀ ਹੈ ਇੱਕ ਸਾਈਡ ਖਾਲੀ ਹੈ ਕਿੱਕੇ ਦੇ ਦੇ ਹਾਂਜੀ ਆ ਕਿਉਂ ਨਹੀਂ ਹੋ ਸਕਦਾ ਜੇ ਆਪਸ਼ਨ ਹੈ ਤਾਂ ਕੋਈ ਸਕਦਾ ਸਭ ਕੁਝ ਹੋ ਸਕਦਾ ਸਰ ਟੁੱਟੀ ਉੱਧਰ ਵੀ ਜਾ ਸਕਦਾ ਸਾਨੂੰ ਮੌਕਾ ਤਾਂ 4 ਵਜੇ ਕਰੀਏ ਤੇ ਕਰ ਲੈਣ ਹਾਂ ਡੀ ਸਾਹਿਬ ਕੋਲ ਅੱਗੇ ਮੰਗ ਕਰਦੇ ਹਾਂ ਹਾਂਜੀ ਡੀ ਸਾਹਿਬ ਕੋਲ ਅੱਗੇ ਮੰਗ ਡੀ ਸਾਹਿਬ ਕੋਲ ਇਹ ਮੰਗ ਕਰਦੇ ਆ ਵੀ ਸਰ ਦੋ ਨੇ ਠੀਕ ਹੈ ਜੇ ਡੀ ਸਾਹਿਬ ਦੀ ਮਰਜ਼ੀ ਹੀ ਫਿਰ ਸਾਡੀ ਰਸਤਾ ਕੱਟਣਾ ਕੋਈ ਗੱਲ ਨਹੀਂ ਪਰ ਜੋ ਸਾਡੇ ਘਰ ਬਾਹਰ ਟੁੱਟੇ ਨੇ ਜਾਂ ਕੁਝ ਵੀ ਨੁਕਸਾਨ ਤਾਂ ਅਸੀਂ ਚਾਹਨੇ ਵੀ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਅਸੀਂ ਗੌਰਮੈਂਟ ਦਾ ਪਾਲਣ ਕੀਤਾ ਪਰ ਇਹ ਝੂਠ ਹੈ ਵੀ ਜੇ ਗੌਰਮੈਂਟ ਆਖਦੀ ਹੈ ਵੀ ਲੋਕੇ ਘਰ ਦਿੱਤੇ ਜਾਣਗੇ ਇਹ ਦਿੱਤੇ ਜਾਣਗੇ ਪਰ ਇਹ ਝੂਠ ਹੈ ਮਹਾਰਾਜ ਇਹ ਅੱਜ ਸਾਨੂੰ ਪਤਾ ਲੱਗੇ ਵੀ ਇਸ ਚੀਜ਼ ਦੇ ਵਿੱਚ ਝੂਠ ਮਾਮਲਾ ਹੈ ਵੀ ਜੋ ਵੀ ਹੈ ਔਰ ਸਾਡੇ ਘਰ ਅੱਜ ਤੋੜੇ ਦਿੱਤੇ ਗਏ ਨੇ ਸਾਰੇ ਸਭ ਅਸੀਂ ਇਹੀ ਬੋਲਨੇ ਆ ਵੀ ਇੱਧਰ ਰੋਡ ਨਿਕਲਾ ਦਾ ਇੱਧਰ ਰੋਡ ਨਹੀਂ ਨਿਕਲਣਾ ਚਾਹੀਦਾ ਸਾਡੇ ਛੋਟੇ ਛੋਟੇ ਬੱਚੇ ਆ ਇਸ ਰੋਡ ਦੇ ਕੰਢਾ ਆਈ ਆਗੇ ਸੜਕ ਵਿੱਚ ਗੱਡੀ ਥੱਲੇ ਆਈ ਆਗੇ ਤੇ ਕੌਣ ਜ਼ਿੰਮੇਵਾਰੀ ਚੁੱਕੀ ਸਕਦਾ ਕੋਈ ਜ਼ਿੰਮੇਵਾਰੀ ਬੱਚੇ ਆ ਨੇ ਸਾਡੀਆਂ 4 ਦੀਵਾਰੀਆਂ ਨੇ ਕੋਈ ਬਾਥਰੂਮ ਕੁਛ ਵੀ ਨਹੀਂ ਸਾਡਾ ਤਾਂ ਅਸੀਂ ਕੋਈ 4 ਦੀਵਾਰੀ ਨਹੀਂ ਕੋਈ ਕੁਛ ਨਹੀਂ ਹੈ ਅਸੀਂ ਇਹੀ ਆਉਣੇ ਆ ਵੀ ਅੱਧੀ ਉੱਧਰ ਹੋਣੀ ਚਾਹੀਦੀ ਅੱਧੀ ਉੱਧਰ ਹੋਣੀ ਚਾਹੀਦੀ ਤੇ ਯਾਰ ਆਪੂ ਵਿੱਚ ਤੁਹਾਡੇ ਵੇਖ ਕੇ ਲੱਗਦੇ ਨੇ ਮਾਹੀ ਜੀ ਸਾਡੇ ਭਰਾ ਲੱਗਦੇ ਚਾਚੇ ਦੇ ਮੁੰਡੇ ਅਸੀਂ ਗਏ ਰਾਤੀ ਲੈ ਕਮ ਸੇ ਕਮ 2-2.5 ਘੰਟੇ ਭੰਨੇ ਅਸੀਂ ਇਹ ਆਖੀਏ ਮਹਾਰਾਜ ਜਨਾਬ ਜੀ ਜੋ ਫੈਸਲਾ ਆਇਆ ਇਨਸਾਫ਼ ਉਹ ਕਰੀਏ ਉਹਨੇ ਆਖਿਆ ਇਨਸਾਫ਼ ਫਿਰ ਕੀ ਹੋਣਾ ਵੀ ਉੱਧਰ ਗਏ ਬਣਨਾ ਮੈਂ ਆਖਿਆ ਇਹਾਂ ਕਰੋ ਗੌਰਮੈਂਟ ਜੀ ਅਗਰ ਅਸ ਦੋਵੇਂ ਧੜੇ ਆਖੀਏ ਤਾਂ ਸੂਆ ਜਿਹੜਾ ਇੱਕ ਸਾਈਡ ਦਾ ਚੁੱਕੀ ਹੈ ਪਰਲੀ ਸਾਈਡ ਕਰਦਾ ਜਾ ਤਾਂ ਸਾਡੇ ਵੀ ਘਰ ਜਿਹੜੇ ਬਚੀ ਜਾਂਦੇ ਜਿਹੜੇ ਅੰਦਰ ਬੂਹੇ ਦੇ ਵਿੱਚ ਛਿੜਕਾ ਵਾਲੀ ਸੀ ਉਹਦਾ ਥੋੜ੍ਹਾ ਬਚਾਓ ਹੋ ਹੀ ਜਾਣਾ ਅਤੇ ਕੰਨੇ ਇਹ ਆ ਵੀ ਸਾਨੂੰ ਵੀ ਪਤਾ ਲੱਗਣਾ ਜਾਂ ਆਖਦੇ ਵੀ ਭਾਈ ਖਾਲੀ ਕਰੀਏ ਤਾਂ ਮਕਾਨ ਕਰ ਲਓ ਹੁਣ ਅੱਜ ਮਕਾਨ ਜਿਹੜੇ ਸਾਡੇ ਤੋੜਾ ਦੇ ਨੇ ਅਸੀਂ ਤਾਂ ਵੀ ਆਖਣੇ ਵੀ ਠੀਕ ਹੈ ਮਹਾਰਾਜ ਜੋ ਅਜੇ ਵੀ ਜੋ ਇਨਸਾਫ਼ ਹੈ ਉਹ ਕਰੀਏ ਸਾਡੇ ਜੋ ਸਾਨੂੰ ਵੀ ਬਚਾ ਲਓ ਅਤੇ ਇਹ ਹੈ ਵੀ ਸਾਡੇ ਜਿਹੜੇ ਮਾੜੇ ਮੋਟੇ ਅੱਗ ਹੈ ਹੁਣ ਦੂਏ ਫਰੀਕ ਆਖਦੇ ਵੀ 45 ਲਿਆ ਉਹਦੇ ਕੋਲ ਉਹਦੇ ਪੂਰੇ ਤੋੜੀ ਦੇ ਕੰਨੇ ਸੜਕ ਵੀ ਆਖ ਦਿਆੜੇ ਤੇ ਕੰਨਾ ਆਖਦੇ ਵੀ ਉਹਦੇ ਮਕਾਨ ਵੀ ਉੱਧਰ ਵੀ ਆਉਣਾ 32 ਫੁੱਟ ਅੱਛਾ ਉੱਧਰ ਜਨਾਬ ਜੀ ਦੋਨੇ ਪਾਸੇ ਪਰਲੇ ਪਾਸੇ 32 ਫੁੱਟ ਜਗ੍ਹਾ ਹੈ ਉੱਧਰ ਮਾਸਾ ਨਹੀਂ ਹੋਆ ਕੋਈ 5 ਫੁੱਟ ਕੋਲ ਨਾਲਾ ਉੱਧਰ ਕਿੱਥੇ ਜਾਏ ਤਾਂ ਸਾਡੀ ਵੀ ਥੋੜੀ ਘਰ ਵੀ ਬਚੀਆਂ ਨੇ ਇਹ ਅਗਲੇ ਜਿਹੜਾ ਅੱਜ ਡੰਗਾ ਟੁੱਟਾ ਅਗਲੇ ਜੇ ਥੋੜ੍ਹਾ ਜਿਹਾ ਪਰਾ ਕਰ ਲੈਂਦੇ ਇਹ ਡੰਗਾ ਬਚੀ ਜਾਣਾ ਸੜਕ ਵੀ ਬਣੀ ਜਾਣੀ ਸੀ ਤਾਂ ਸਾਰਾ ਕੁਛ ਹੋਈ ਜਾਣਾ ਉਸ ਜਗ੍ਹਾ ਹੀ ਅਗਲਾ ਨਹੀਂ ਉਹਨੇ ਆਖਿਆ ਵੀ ਇੱਧਰ ਨਹੀਂ ਕਰਦੇ ਹੋ ਤੁਸੀਂ ਜੋ ਕਰਨਾ ਹੈ ਉਹਦੇ ਹੱਲ ਹੀ ਕਰੋ ਤਾਂ ਅਸੀਂ ਤਾਂ ਵੀ ਮਨਜ਼ੂਰ ਕਰ ਲਿਆ ਮਹਾਰਾਜ ਅਸੀਂ ਕੋਈ ਉਹ ਨਹੀਂ ਕੀਤਾ ਕੋਹਾ ਕਿ ਸਰਕਾਰ ਦਾ ਗਹਿਣੀ ਅੜੇ ਉਹ ਹਾਲ ਜੋ ਇਨਸਾਫ਼ ਹੈ ਸਾਡਾ ਵੀ ਕੀਤਾ ਜਾਏ ਅੱਗੇ ਹੁਣ ਇਹ ਜਿਹੜਾ ਮਕਾਨ ਦੇਖੀ ਲਓ ਅਸੀਂ ਪੁੱਛਿਆ ਜਾਣਾ ਸਾਡੇ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਛਿੜਕ ਜਿਹੜੀ ਬੂਹੇ ਦੇ ਵਿੱਚ ਆਈ ਹੈ ਕੱਲ੍ਹ ਬੱਚੇ ਆਈਏ ਅੱਗੇ ਆਈ ਜਾਣ ਮਰੀ ਜਾਣ ਉਹਨੂੰ ਜ਼ਿੰਮੇਵਾਰ ਹੈ ਲੇਕਿਨ ਇਹਨੇ ਸਰਕਾਰ ਨੇ ਸੂਏ ਤੋਂ ਕੁੜਨੀ ਅੱਗੇ ਮਾਸਾ 5 ਫੁੱਟ ਨਹੀਂ ਕੀਤਾ ਉਹਦੀ ਮੰਨੀ ਸਿਰਫ ਦੂਏ ਬਣੀ ਵੀ ਜੋ ਕੁਛ ਆਖਾ ਜਾਂਦੇ ਉਹ ਪਾਰਟੀ ਭਾਰੀ ਹੈ ਉਹ ਉਹਦੇ ਬੰਦੇ ਮਤੇ ਜਾਂਦੇ ਨੇ ਅਸੀਂ ਵਿਚਾਰੇ 2-4 ਜਣੇ ਜਿੱਥੇ ਜਾਂਦੇ ਸਾਡੀ
उधर बत्ती फुटी ही, इधर भी सरकारी जे उधर भी सरकारी जे इधर घर ही थोड़ा उधर सड़क कर लेंगे खाली जगह ही उधर हो जाते जे इधर खाली होंगे तो अं बोलना नहीं सी घबानी नहीं सानू कोई क्योंकि घर पाई सकते 35 साल पहले घर पाए दे अहें ते जे उधर बनाई देंगे तो कोई उधर भी सरकारी हाँ उधर भी थोड़ा नाला अग्गे पिछे कर लेंगे 2-3 फुट थोड़े बच्चे छोटे छोटे बच्चे कोई थल्ले आई जा तो कौन जमा बार इयै अपील है एक्चुअली जो रोड जो आ रहा है सरकार बाकी तो चार दवारी आ रही है ठीक है एक साढ़ा घर आ रहा किशन चंद हों के तो जी साहब ने बोलिया कि अगे रोड डाइवर्ट हो जाना बट दूसरी पार्टी वो डाइवर्ट हो नहीं दे रही अगर सीधा रोड गया तो साढ़ा घर बिच आना पड़ेगा तो ये वैसे डी सी साहब हमारे रिक्वेस्ट है कि घर सा बचाए रोड उधर डाइवर्ट हुई है दूसरी पार्टी बोलती वो साड़ी अपनी मालकी है बट उधर नहीं हो सकती रिक्वेस्ट है डिपार्टमेंट जो बना रहे हैं इसमें कोई दीवार आ रही थी इसमें कोई अड़चन थी और ये जो लैंड थी ये इरीगेशन डिपार्टमेंट की ऑलरेडी एक्वायर हुई लैंड है तो डी सी साहब का हुक्म हुआ था कि जहाँ भी रोड बनाने में कोई अड़चन आ रही है वहाँ जो है जाके हम निकलवाएँ तो उसी सिलसिले में आज हम आए थे और ये थोड़ा सा कोना जो एक मकान का आ रहा था रोड के सरफेस में तो वहाँ मशीन लगा के गवर्नमेंट हाँ जी इरीगेशन डिपार्टमेंट की ऑलरेडी अक्वायर्ड लैंड है अब रोड का बारे में तो आप PWD डिपार्टमेंट से पूछ सकते हैं कि उसकी क्या विड्थ है कितनी कहाँ से कहाँ तक है लेकिन जहाँ तक जो अड़चन जहाँ जिस जगह आ रही थी वहाँ आने के लिए हमें DC साहब का हुक्म हुआ उसकी उसको कंप्लाइंस करते हुए हम आगे करा थे तो जो यहाँ अड़चन थी वहाँ उसको बताया गया और इन्होंने को भी राहत दी गई है जो मुआवजे की मांग कर रहे हैं देखिए मुआवजे के बारे में मैं तो इसमें कुछ नहीं कह सकता हूँ सरकारी ज़मीन में किसी किस्म का मुआवजा जो है आज की डेट में मैंने तो नहीं देखा है कहीं परिजनों का कहना है कि ये इसके बारे में हम बात करेंगे डी साहब से भी बताएंगे अगर किसी किस्म का कोई प्रोविजन होगा तो जरूर अगर मुआवजा किसी मूल के तहत अगर नहीं होगा सर इसके बीच और जो लोगों घर आ रहे हैं दोबारा अब हमें तो यही बताया गया कि ये वाली अड़चन आ रही है यहाँ पर बाकी ये डिपार्टमेंट जो है PWD डिपार्टमेंट है।